ਸਕੂਲ ਬੱਸ ਨੇ ਦੋ ਵਿਦਿਆਰਥੀਆਂ ਨੂੰ ਮਾਰੀ ਟੱਕਰ। ਹਾਦਸੇ ਦੇ ਵਿੱਚ ਇੱਕ ਵਿਦਿਆਰਥੀ ਦੀ ਮੌਕੇ ਤੇ ਹੀ ਹੋਈ ਮੌਤ। ਟੱਕਰ ਤੋਂ ਬਾਅਦ ਬੱਸ ਭਜਾ ਕੇ ਲੈ ਗਿਆ ਡਰਾਈਵਰ। ਦੱਸਦੇ ਕਿ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਵੱਲੋਂ ਸਕੂਲ ਜਾ ਰਹੇ ਦੋ ਵਿਦਿਆਰਥੀਆਂ ਨੂੰ ਟੱਕਰ ਮਾਰੀ ਗਈ ਹੈ ਤੇ ਵਿਦਿਆਰਥੀ ਬਾਈਕ ਤੇ ਜਾ ਰਹੇ ਸੀ ਤੇ ਕਿਹਾ ਜਾ ਰਿਹਾ ਹੈ ਕਿ ਬੱਸ ਚਾਲਕ ਵੱਲੋਂ ਤੇਜ਼ੀ ਦੇ ਨਾਲ ਬੱਸ ਚਲਾਈ ਜਾ ਰਹੀ ਸੀ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਤੇ ਇਸ ਦੇ ਵਿੱਚ ਇੱਕ ਵਿਦਿਆਰਥੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੂਸਰਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਜਿਸ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਦੱਸਦੀ ਕਿ ਘਟਨਾ ਡੇਰਾ ਬਾਬਾ ਨਾਨਕ ਦੀ ਹੈ ਜਿੱਥੇ ਨਿੱਜੀ ਸਕੂਲ ਦੀ ਬੱਸ ਨੇ ਬਾਈਕ ਤੇ ਜਾ ਰਹੇ ਦੋ ਵਿਦਿਆਰਥੀਆਂ ਨੂੰ ਟੱਕਰ ਮਾਰੀ ਹੈ ਤੇ ਇਸ ਦੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਅਤੇ ਜਿਸ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਬੱਸ ਭਜਾ ਕੇ ਫਰਾਰ ਹੋ ਜਾਂਦਾ ਹੈ। ਉਹ ਪਿੱਛੇ ਮੁੜ ਕੇ ਰੁਕ ਕੇ ਵੇਖਦਾ ਵੀ ਨਹੀਂ ਤੇ ਬੱਚੇ ਪਾਣੀ ਦੇ ਵਿੱਚ ਡਿੱਗ ਜਾਂਦੇ ਨੇ ਜਿਸ ਦੇ ਵਿੱਚ ਲਾਪਰੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੂਸਰਾ ਵਿਦਿਆਰਥੀ ਰੋਹਿਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਜਿਸ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਤੇ ਦੋਨੋਂ ਵਿਦਿਆਰਥੀ 12ਵੀਂ ਜਮਾਤ ਦੇ ਵਿੱਚ ਪੜ੍ਹਦੇ ਸੀ ਤੇ ਇਸ ਸੰਬੰਧੀ ਲੋਕਾਂ ਦਾ ਕਹਿਣਾ ਹੈ ਕਿ ਇਸ ਡਰਾਈਵਰ ਦਾ ਨਸ਼ਾ ਕੀਤਾ ਹੋਇਆ ਸੀ ਤੇ ਪਹਿਲਾਂ ਵੀ ਇਸ ਦੇ ਵੱਲੋਂ ਜਿਹੜੀ ਬੱਸ ਉਹ ਤੇਜ਼ ਰਫ਼ਤਾਰ ਦੇ ਵਿੱਚ ਚਲਾਈ ਜਾਂਦੀ ਹੈ। ਤਾਂ ਦੱਸ ਦਈਏ ਕਿ ਸਕੂਲ ਪੜ੍ਹਨ ਜਾ ਰਹੇ ਸੀ ਵਿਦਿਆਰਥੀ, ਕਿਸੇ ਨੂੰ ਨਹੀਂ ਪਤਾ ਸੀ ਕਿ ਐਡਾ ਵੱਡਾ ਭਾਣਾ ਵਾਪਰ ਜਾਣਾ ਹੈ ਕਿ ਸਕੂਲ ਬੱਸ ਨੇ ਇਹਨਾਂ ਨੂੰ ਟੱਕਰ ਮਾਰੀ ਤੇ ਜਿਸ ਦੇ ਵਿੱਚ ਲਪ੍ਰੀਤ ਨਾਮਕ ਵਿਦਿਆਰਥੀ ਸੀ ਉਸਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਰੋਹਿਤ ਹੈ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਤੇ ਇਲਾਜ ਉਸਦਾ ਚੱਲ ਰਿਹਾ। ਤਾਂ ਵੱਡਾ ਹਾਦਸਾ ਵਾਪਰਿਆ ਅਤੇ ਜਿਸ ਤੋਂ ਬਾਅਦ ਪਰਿਵਾਰ ਨੂੰ ਜਦ ਪਤਾ ਲੱਗਦਾ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਮੌਕੇ ਤੋਂ ਲਾਪਰੀ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਹੈ ਤੇ ਬੱਸ ਦੇ ਡਰਾਈਵਰ ਨੂੰ ਵੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਬੱਸ ਕਬਜ਼ੇ ਦੇ ਵਿੱਚ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਡਰਾਈਵਰ ਦੇ ਖਿਲਾਫ ਕੀਤੀ ਜਾਵੇਗੀ। ਅਤੇ ਸਾਡੇ ਸਕੂਲ ਦੇ ਵਿੱਚ ਕੋਈ 9 ਵਜੇ ਐਕਸੀਡੈਂਟ ਕੀਤਾ ਵਾ ਸਕੂਲ ਲੱਖਣਾ ਦੀ ਬੱਸ ਨੇ। ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀਗਾ, ਗੋਲੀਆਂ ਖਾਂਦੇ ਨੇ। ਲੱਖਣ ਕਲਾਂ ਸਕੂਲ ਆ, ਦੋ ਸਕੂਲ ਆ ਉੱਥੇ, ਕਿਹੜਾ ਸਕੂਲ ਆ? ਲੱਖਣ ਕਲਾਂ ਕਿਹੜਾ ਸਕੂਲ ਆ? ਭਾਈ ਗੁਰਦਾਸ। ਅੱਛਾ ਜੀ, ਭਾਈ ਗੁਰਦਾਸ ਸਕੂਲ ਆ। ਅਤੇ ਇੱਕ ਮੁੰਡੇ ਦੀ ਡੈਥ ਹੋ ਗਈ ਆ, ਉਹ ਹੋਈ ਆ ਡਰਾਈਵਰ ਦੀ ਅਣਗਹਿਲੀ ਦੇ ਕਾਰਨ, ਕਿਉਂਕਿ ਉਹਨੇ ਬੱਸ ਮਾਰ ਕੇ ਉਹਨੇ ਵੇਖਿਆ ਨਹੀਂ ਬੱਚੇ ਦੀ ਹਾਲਤ ਨੂੰ। ਉਹਨੇ ਸਕੂਲ 'ਚੋਂ ਬੱਸ ਜਿਹੜੀ ਆਪਣੀ ਆ ਭਜਾਉਣ ਦੀ ਕੋਸ਼ਿਸ਼ ਕੀਤੀ ਆ। ਜੇ ਉਹ ਪਹਿਲਾਂ ਚੁੱਕਦਾ ਬੱਚੇ ਨੂੰ ਕੱਢ ਲੈਂਦਾ ਤਾਂ ਬੱਚੇ ਦੀ ਜਾਨ ਬਚ ਸਕਦੀ ਸੀ। ਬੱਚਾ ਅੱਧਾ ਘੰਟਾ ਪਾਣੀ ਵਿੱਚ ਪਿਆ ਰਿਹਾ ਵਾ, ਉਹਦੇ ਕਾਰਨ ਉਹਦੀ ਡੈਥ ਹੋ ਗਈ ਆ। ਅਤੇ ਇਹ ਸਕੂਲ ਦੀ ਅਣਗਹਿਲੀ ਦੇ ਕਾਰਨ ਹੋਈ ਆ। ਇੱਕ ਬੱਚੇ ਦੀ ਗੰਭੀਰ ਹਾਲਤ ਆ, ਉਹਨੂੰ ਲੱਤ ਟੁੱਟੀ ਆ। ਦੋ ਬੱਚੇ ਸੀਗੇ, ਦੋਵੇਂ ਭਰਾ ਸੀਗੇ ਚਾਚੇ ਤਾਇਓ। ਇੱਕ ਦੀ ਡੈਥ ਹੋ ਗਈ ਆ ਅਤੇ ਇੱਕ ਦੀ ਗੰਭੀਰ ਹਾਲਤ ਆ, ਉਹਨੂੰ ਅੰਮ੍ਰਿਤਸਰ ਰੈਫਰ ਕੀਤਾ ਆ। ਅਤੇ ਇਹ ਸਭ ਜੋ ਕੁਛ ਵੀ ਹੋਇਆ ਆ ਇਹ ਸਕੂਲ ਵਾਲੇ ਡਰਾਈਵਰ ਦੀ ਅਣਗਹਿਲੀ ਦੇ ਕਾਰਨ ਹੋਇਆ ਆ, ਨਹੀਂ ਤਾਂ ਦੋਵਾਂ ਬੱਚਿਆਂ ਦੀ ਜਾਨ ਅੱਜ ਬਚ ਸਕਦੀ ਸੀਗੀ। ਮਹਾਰਾਜ, ਅਸੀਂ ਕਾਰਵਾਈ ਚਾਹੁੰਦੇ ਹਾਂ ਕਿ ਇਹਦੇ 'ਤੇ ਕਾਨੂੰਨੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ, ਕਿਉਂਕਿ ਗਾਂ ਕਿਸੇ ਵੀ ਬੱਚੇ ਦੀ ਜਾਨ ਦਾ ਖਤਰਾ ਨਾ ਬਣੇ ਪਿੰਡ ਦੇ ਵਿੱਚ। ਜਿਹੜੇ ਦੋ ਬੱਚੇ ਸੀ, ਲਵਪ੍ਰੀਤ ਅਤੇ ਰੋਹਿਤ, ਰੋਹਿਤ ਜਿਹੜਾ ਉਹ ਕਚਹਿਰੀ ਕੰਮ ਕਰਦਾ, ਜਿਹੜਾ ਬੱਚਾ ਜਿਹੜਾ ਉਹ ਪੜ੍ਹਨ ਜਾ ਰਿਹਾ ਸੀ ਪਲੱਸ ਟੂ 'ਚ, ਵੱਡੇ ਆਪਣਾ ਸ਼ਾਬਾ ਗਰਾਈ ਪੜ੍ਹਦੇ ਸੀਗੇ ਅਤੇ ਉਹ ਪੜ੍ਹਨ ਜਾ ਰਿਹਾ ਸੀ। ਬੱਸ ਜਿਹੜੀ ਆ ਬਹੁਤ ਸਪੀਡ 'ਚ ਆ ਰਹੀ ਅਤੇ ਇਹ ਕਰਕੇ ਬੱਸ ਵੱਜ ਗਈ ਉਹਨਾਂ 'ਚ। ਬਾਅਦ 'ਚ ਬੱਸ ਵਾਲੇ ਨੇ ਵੇਖਿਆ ਵੀ ਨਹੀਂ ਇਹਨਾਂ ਵੱਲ, ਪਾਣੀ 'ਚ ਡਿੱਗ ਪਏ ਥੱਲੇ, ਅਤੇ ਬਾਅਦ 'ਚ ਵੇਖਿਆ ਨਹੀਂ, ਬੱਸ ਭਜਾ ਕੇ ਲੈ ਗਿਆ। ਹਾਂਜੀ, ਇਹ 12ਵੀਂ ਕਲਾਸ 'ਚ ਪੜ੍ਹਦਾ ਹੈ। ਕਿਹੜੇ ਸਕੂਲ ਦੀ ਬੱਸ? ਇਹ ਲੱਖਣ ਕਲਾਂ ਦੀ ਬੱਸ ਸੀ, ਭਾਈ ਗੁਰਦਾਸ ਅਕੈਡਮੀ ਕੋਲ। ਹਾਂਜੀ, ਦੂਜਾ ਮੁੰਡਾ ਜਿਹੜਾ ਵਾ ਉਹ ਅੰਮ੍ਰਿਤਸਰ ਰੈਫਰ ਕਰਤਾ ਵਾ, ਉਹ ਵੀ ਗੰਭੀਰ ਆ। ਹਾਂਜੀ,
ਪੁਲਿਸ ਵੱਲੋਂ ਸਾਰਾ ਇਹੋ ਹੀ ਆ, ਉਹ ਕਹਿੰਦੇ ਵੀ ਕਾਨੂੰਨੀ ਕਾਰਵਾਈ ਕਰਾਂਗੇ, ਜਿਹੜਾ ਬੱਸ ਨੂੰ ਆਪਾਂ ਗੱਡੀ ਕਵਰੀ ਕਰ ਲਈ ਆ, ਡਰਾਈਵਰ ਦੀ ਵੀ ਕਰ ਲਈ ਆ, ਅਤੇ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ। ਐਸ ਐਸ ਸਾਹਿਬ ਆਏ ਤਾਂ ਉਹ ਕਹਿ ਗਏ ਆ। ਕੋਈ ਵਾਰਦਾਤ ਨਹੀਂ ਹੋਈ ਐਕਚੁਲੀ, ਇਹ ਨਾ ਭਾਈ ਗੁਰਦਾਸ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਹੈ ਲਖਨ ਕਲਾਂ ਦਾ, ਉਹਦੀ ਬੱਸ ਇੱਥੇ ਆਈ ਸੀਗੀ ਸਵੇਰੇ, ਅਤੇ ਧੁੰਦ ਕਾਰਨ ਇਹ ਬੱਸ ਨਾਲ ਬਾਈਕ ਦੀ ਟੱਕਰ ਹੋਈ ਹੈ, ਜਿਹਦੇ 'ਤੇ ਮੁੰਡਾ ਲਵਪ੍ਰੀਤ ਹੈ, ਹਾਂਜੀ ਲਵਪ੍ਰੀਤ, ਇਹਦੇ ਵਜਨ ਕਰਕੇ ਅਤੇ ਬੱਚੇ ਦੀ ਡੈਥ ਹੋ ਗਈ ਹੈ। ਦੋ ਜਣੇ ਬਾਈਕ 'ਤੇ ਸੀ, ਅਤੇ ਮੈਂ ਉਹ ਬੱਸ ਇਨਵੈਸਟੀਗੇਸ਼ਨ ਕਰ ਰਿਹਾ, ਸਾਰਾ ਬੱਸ ਰਿਕਵਰ ਕਰ ਰਹੇ ਹਾਂ, ਬੱਸ ਦਾ ਡਰਾਈਵਰ ਅਸੀਂ ਕਰਕੇ, ਅਤੇ ਕਾਨੂੰਨ ਅਨੁਸਾਰ ਜਿਹੜੀ ਅਗਲੀ ਕਾਰਵਾਈ ਕਰਕੇ ਫਿਰ ਤੁਹਾਨੂੰ ਸਾਰੀ ਇਨਫੋਰਮੇਸ਼ਨ। ਦੋ ਮੁੰਡੇ, ਇੱਕ ਦੀ ਡੈਥ ਹੋ ਗਈ ਹੈ, ਇਹਦੀ ਲਵ ਦੀ ਡੈਥ ਹੋ ਗਈ ਹੈ, ਦੂਸਰਾ ਮੁੰਡਾ ਰੈਫਰ ਕੀਤਾ ਹੋਸਪਿਟਲ ਇੱਥੋਂ ਕਲਾਨੌਰ ਤੋਂ, ਤਾਂ ਜੋ ਵੀ ਹੁੰਦਾ ਫਿਰ ਤੁਹਾਨੂੰ ਅਪਡੇਟ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ, ਮੈਂ ਡਰਾਈਵਰ ਨੂੰ ਵੀ ਕਰ ਰਿਹਾ ਜੀ ਰਾਊਂਡ ਅਪ, ਅਤੇ ਬੱਸ ਵੀ ਕਰ ਰਿਹਾ, ਇਸ ਤਰ੍ਹਾਂ ਦੀ ਗੱਲ ਨਹੀਂ, ਧੁੰਦ ਕਰਕੇ ਫਿਰ ਵੀ ਜਿਹੜਾ ਹੈਗਾ ਉਹ ਵੈਰੀਫਾਈ, ਉਹਦਾ ਮੈਡੀਕਲ ਕਰਾਵਾਂਗੇ, ਜੇ ਕੁਛ ਆਇਆ ਅਤੇ ਉਹਦੇ ਮੁਤਾਬਕ ਉਹ ਵੀ ਕਾਰਵਾਈ ਹੋਏਗੀ। ਡੈਡ ਬੋਡੀ ਪੋਸਟਮਾਰਟਮ ਵਾਸਤੇ, ਇਹ ਡੈਡ ਬੋਡੀ ਮੈਂ ਲੈ ਕੇ ਹੁਣ ਇਹਦਾ ਪੋਸਟਮਾਰਟਮ ਕਰਾਵਾਂਗੇ, ਉਸ ਤੋਂ ਬਾਅਦ ਜਿਹੜੀ ਅਗਲੀ FIR ਲੌਜ ਕਰਕੇ ਅਸੀਂ ਕਾਰਵਾਈ ਕਰਾਂਗੇ।